ਹੈ ਕਾਂਗਰਸ ਦੇ ਕੋਲ ਨਵਾਂ ਪ੍ਰਧਾਨ ਮਿਲ ਗਿਆ ਦੱਸਦੀ ਕਿ ਕਾਂਗਰਸ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦਹਾਕਿਆਂ ਬਾਅਦ ਕੀ ਗਾਂਧੀ ਪਰਿਵਾਰ ਦੇ ਕੋਲੋਂ ਪ੍ਰਧਾਨਗੀ ਜਿਹੜੀ ਹੈ ਉਹ ਵਾਪਸ ਲੈ ਲਈ ਗਈ ਹੈ ਤੇ ਇੱਕ ਨਵਾਂ ਚਿਹਰਾ ਪ੍ਰੈਜ਼ੀਡੈਂਟ ਵਜੋ ਜਿਹੜਾ ਹੈ ਕਾਂਗਰਸ ਪ੍ਰਧਾਨ ਵਜੋ ਸਾਹਮਣੇ ਆਉਂਦਾ ਤਾਂ ਦੱਸਦੀ ਹੈ ਕਿ ਗਾਂਧੀ ਪਰਿਵਾਰ ਦੇ ਹੱਥੋਂ ਐਤਕੀ ਕਾਂਗਰਸ ਦੀ ਪ੍ਰਧਾਨਗੀ ਜਿਹੜੀ ਆ ਉਹ ਜਾ ਚੁੱਕੀ ਹੈ ਦਾ ਹਕਿਆ ਬਾਅਦ ਅਜਿਹਾ ਹੋਇਆ ਜਦੋਂ ਗਾਂਧੀ ਪਰਿਵਾਰ ਪ੍ਰਧਾਨ ਨਹੀਂ ਬਣਿਆ ਤਾਂ ਪਹਿਲਾ ਰਾਹੁਲ ਗਾਂਧੀ ਪ੍ਰਧਾਨ ਰਹਿੰਦੇ ਨੇ ਕਈ ਅਰਸੇ ਤੱਕ ਕਾਂਗਰਸ ਦੇ ਪਰ ਹੁਣ ਨੈਸ਼ਨਲ ਲੈਵਲ ਦੇ ਉੱਤੇ ਇਸ ਪਾਰਟੀ ਦਾ ਪ੍ਰਧਾਨ ਬਦਲ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਜੋ ਨਵਾਂ ਪ੍ਰਧਾਨ ਬਣਿਆ ਉਸ ਦਾ ਨਾਮ ਮਲ ਲਾਈਕਾ ਅਰਜੁਨ ਖੜਕੀ ਐ ਤੇ ਦੱਸਦੀ ਹੈ ਕਿ ਉਸ ਨੂੰ ਤਕਰੀਬਨ 9500 ਵੋਟਾਂ ਪਈਆਂ ਨੇ ਤਾਂ ਸ਼ਸ਼ੀ ਥਰੂਰ ਨੂੰ ਸਿਰਫ 1060 ਵੋਟਾਂ ਮਿਲੀਆਂ ਨੇ ਯਾਨੀ ਕਿ ਸ਼ਸ਼ੀ ਥਰੂਰ ਨੂੰ ਵੀ ਕਾਂਗਰਸ ਦੀ ਪ੍ਰਧਾਨਗੀ ਨਹੀਂ ਮਿਲਦੀ ਹਾਲਾਂਕਿ ਉਹਨਾਂ ਦਾ ਨਾਮ ਇਸ ਚਰਚਾ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਚੱਲ ਰਿਹਾ ਸੀ ਕਿ ਕਾਂਗਰਸ ਦੀ ਪ੍ਰਧਾਨਗੀ ਸ਼ਸ਼ੀ ਥਰੂਰ ਨੂੰ ਮਿਲ ਸਕਦੀ ਹੈ ਪਰ ਉਹ ਹੁਣ ਕਾਂਗਰਸ ਦੇ ਪ੍ਰਧਾਨ ਨਹੀਂ ਬਣੇ ਨੇ ਤੇ ਜੋ ਵੱਜੋਂ ਕਾਂਗਰਸ ਦੇ ਅੱਗੇ ਆਏ ਨੇ ਉਹਨਾਂ ਦੇ ਨਾਮ ਮਲਾਈਕਾ ਅਰਜੁਨ ਖੜਕੀ ਹੈ ਤੇ ਇਹਦਾ ਪੂਰਾ ਨਾਮ ਦੱਸਦੇ ਕਿ 21 ਜੁਲਾਈ ਨੂੰ ਜਨਮ ਲੈਂਦੇ ਨੇ ਇੱਕ ਭਾਰਤੀ ਸਿਆਸਤਦਾਨ ਨੇ ਤੇ ਕਾਂਗਰਸ ਦੇ ਵਿੱਚ ਕਾਫੀ ਲੰਮੇ ਅਰਸੇ ਤੋਂ ਇੱਕ ਨੇਤਾ ਨੇ ਤੇ ਬਹੁਤ ਲੰਮੇ ਅਰਸੇ ਤੱਕ ਕਾਂਗਰਸ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਤੇ ਹੁਣ ਉਹਨਾਂ ਨੂੰ ਪ੍ਰਧਾਨ ਵੱਜੋਂ ਚੁਣ ਲਿਆ ਗਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਐਤਕੀ ਗਾਂਧੀ ਪਰਿਵਾਰ ਤੋਂ ਕੋਈ ਵੀ ਪ੍ਰਧਾਨ ਨਹੀਂ ਬਣ ਪਾਇਆ ਰਾਹੁਲ ਗਾਂਧੀ ਤੱਕ ਨਹੀਂ ਹਾਲਾਂਕਿ ਸ਼ਸ਼ੀ ਥਰੂਰ ਬਾਰੇ ਵੀ ਚਰਚਾਵਾਂ ਤੇਜ਼ ਹੁੰਦੀਆਂ ਨੇ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਪਰ ਸਿਰਫ 1060 ਵੋਟਾਂ ਹੀ ਸ਼ਸ਼ੀ ਥਰੂਰ ਨੂੰ ਪੈਂਦੀਆਂ ਨੇ ਤੇ ਜੋ ਨਵਾਂ ਪ੍ਰਧਾਨ ਕਾਂਗਰਸ ਦਾ ਅਬ ਬਣਾਇਆ ਜਾ ਚੁੱਕਿਆ ਉਹਨਾਂ ਦਾ ਨਾਮ ਮਲਾਈਕਰ ਜੁਨ ਖੜਕੀ ਹੈ ਜੋ ਕਿ ਹੁਣ ਕਾਂਗਰਸ ਦੀ ਕਮਾਨ ਨੈਸ਼ਨਲ ਲੈਵਲ ਦੇ ਉੱਤੇ ਸਾਹਮਣੇ ਆ ਗਏ ਜੇਕਰ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਵਿੱਚ ਬੇਹੱਦ ਸੰਵਿਤੀ ਦੇ ਵਿੱਚ ਮਤਭੇਦ ਸੰਪਰ ਹੁਣ ਜੋ ਨੈਸ਼ਨਲ ਲੈਵਲ ਦੇ ਉੱਤੇ ਇਹ ਕਾਂਗਰਸ ਪਾਰਟੀ ਦੀ ਤਸਵੀਰ ਉੱਬਰ ਕੇ ਸਾਹਮਣੇ ਆ ਰਹੀ ਹੈ ਤਾਂ ਬੇਹੱਦ ਅਚੰਬਿਤ ਕਰ ਦੇਣ ਵਾਲੀ ਤਸਵੀਰ ਹੈ ਕਿਉਂਕਿ ਕਈ ਦਹਾਕਿਆਂ ਬਾਅਦ ਗਾਂਧੀ ਪਰਿਵਾਰ ਦੇ ਹੱਥੋਂ ਪ੍ਰਧਾਨਗੀ ਜਾ ਚੁੱਕੀ ਹੈ ਤੇ ਇੱਕ ਨਵਾਂ ਚਿਹਰਾ ਉੱਭਰ ਕੇ ਕਾਂਗਰਸ ਦਾ ਨਵਾਂ ਪ੍ਰਧਾਨ ਜਿਹੜਾ ਬੰਦ ਹੈ ਤਾਂ तकरीबन 9500 ਵੋਟਾਂ ਦੇ ਵਿੱਚੋਂ 1800 ਬੋਟਾ ਜਿਹੜੀਆਂ ਨੇ ਉਹ ਇਸ ਨਵੇਂ ਪ੍ਰਧਾਨ ਨੂੰ ਪੈਂਦੀਆਂ ਨੇ ਤੇ ਹੁਣ ਕਾਂਗਰਸ ਦੇ ਕੋਲ ਇੱਕ ਨਵਾਂ ਪ੍ਰਧਾਨ ਆ ਚੁੱਕਿਆ ਤਾਂ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਵੀ ਪੂਰੇ ਭਾਰਤ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿਚਕਾਰ ਇੱਕ ਨਵਾਂ ਪ੍ਰਧਾਨ ਚੁਣਿਆ ਜਾਣਾ ਇਹ VOTING ਹੋਣੀ ਕਿਤੇ ਨਾ ਕਿਤੇ ਇਹ ਜਿਤਾਉਂਦੇ ਕਿ ਹੁਣ ਸ਼ਾਇਦ ਕਾਂਗਰਸ ਤਖਤਾ ਪਲਟ ਕਰ ਸਕਦੀ ਹੈ ਪਰ ਜਿਸ ਤਰੀਕੇ ਨਾਲ ਸ਼ਸ਼ੀ ਥਰੂਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਸ਼ਸ਼ੀ ਥਰੂਰ ਕਾਂਗਰਸ ਦੇ ਵਿੱਚ ਪ੍ਰਧਾਨਗੀ ਦੇ ਲਈ ਵੀ ਜਿਹੜਾ ਬੜੇ ਹੀ ਫ੍ਰਮਲੇ ਖੜੇ ਹੁੰਦੇ ਨੇ ਪਰ ਉਹਨਾਂ ਨੂੰ ਵੀ ਘੱਟ ਹੀ ਵੋਟਾਂ ਮਿਲਦੀਆਂ ਨੇ ਸਿਰਫ 1060 ਵੋਟਾਂ ਉਹਨਾਂ ਨੂੰ ਮਿਲਦੀਆਂ ਨੇ ਤੇ ਦੂਜੇ ਪਾਸੇ ਮਲਿਕਾ ਖੜਕੀ ਨੂੰ ਇਸ ਸਮੇਂ 7800 ਵੋਟਾਂ 9500 ਦੇ ਵਿੱਚ ਮਿਲਦੇ ਨੇ ਯਾਨੀ ਕਿ ਪੂਰਨ ਬਹੁਮਤ ਦੇ ਨਾਲ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਜਾਂਦਾ ਹੈ